रोल रोल। अज मजदूर जोड़े है बहुत तंग है गया, मगर देखो जिमें रेट बदे हुए अज पुतला सा रहे हैं मोदी प्रधान का, अज पुतला देखो बना के सा रहे हैं। ये यूनियन जी आई हुई है देखो किसान यूनियन हैगी है, मगर गरीबों के देखो जी की हालात है, पेट्रोल के रेट बढ़ाए गए हैं, मगर मोदी का पुतला अच्छ सा रहे सी यूनियन को पुतला सारे जा रहा है। मगर आप गल करेंगे प्रधान की गल हैगी है, उन्हें पुछा मोदी का पुतला सारे आ रहा सी डिवीजन थाने सामने, ये बारे की कहना चाहते हो? ਭਾਜੀ ਖੁੱਲੇ ਖੁੱਲੇ ਜੋ ਖੁੱਲੇ ਖੁੱਲੇ ਜੋ ਖੁੱਲਾ ਕਰ ਲੋ ਜਿਹੜੀਆਂ ਘਟਣੀਆਂ ਚਾਹੀਦੀਆਂ, ਕਿਉਂਕਿ ਦੁਨੀਆ ਲੈਵਲ 'ਤੇ ਪੈਟਰੋਲ ਦੀਆਂ ਘਟੀਆਂ ਨੇ, ਲੇਕਿਨ ਦੇਸ਼ ਦੀ ਸਰਕਾਰ ਲਗਾਤਾਰ ਪੈਟਰੋਲ ਅਤੇ ਡੀਜ਼ਲ ਮਹਿੰਗਾ ਕਰਦੀ ਜਾ ਰਹੀ ਆ। ਇੱਕ ਸਮਾਂ ਸੀ ਜਦੋਂ ਡੀਜ਼ਲ ਸਸਤਾ ਹੁੰਦਾ ਸੀ, ਕੇਂਦਰ ਸਰਕਾਰ ਨੇ ਇੱਕ ਐਸੀ ਨੀਤੀ ਲਿਆਂਦੀ ਆ ਜਿਹਦੇ ਨਾਲ ਡੀਜ਼ਲ ਮਹਿੰਗਾ ਹੋ ਗਿਆ, ਤੇਲ ਪੈਟਰੋਲ ਜਿਹੜਾ ਅਤੇ ਡੀਜ਼ਲ ਤੇਲ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ। ਇੱਕ ਪਾਸੇ ਪਿਛਲੇ ਢਾਈ ਤਿੰਨ ਸਾਢੇ ਤਿੰਨ ਮਹੀਨਿਆਂ ਤੋਂ ਲਾਕਡਾਊਨ ਕਰਕੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਦੂਸਰੇ ਪਾਸੇ ਗਰੀਬ ਆਦਮੀ ਦੇ ਉੱਤੇ 500-600 ਰੁਪਏ ਦਾ ਡੀਜ਼ਲ ਪੈਟਰੋਲ ਦਾ ਖਰਚਾ ਜਿਹੜਾ ਲੋੜਾ ਕੇਂਦਰ ਸਰਕਾਰ ਪਾ ਰਹੀ ਹੈ। ਸਰਦਾਰ ਜੀ ਮੈਂ ਜੀ ਕੀ ਕਰਨਾ ਚਾਹੁੰਦਾ, ਜਿਵੇਂ ਲੋਕਡਾਊਨ ਅੱਜ 96 ਦਿਨ ਹੋ ਗਏ ਲੋਕਡਾਊਨ ਲੱਗੇ ਨੂੰ, ਠੀਕ ਹੈ, ਅਤੇ ਲੋਕਡਾਊਨ ਜਿਹੜੇ ਦੇਖੋ ਕਰੋਨਾ ਵੀ ਕਿੰਨਾ ਫੈਲਿਆ ਹੋਇਆ, ਮਗਰ ਲੋਕ 3 ਮਹੀਨੇ 10 ਦਿਨ ਹੋ ਗਏ ਲੋਕ ਘਰਾਂ 'ਚ ਬੈਠੇ ਆ, ਜਿਹਦਾ ਕਾਰੋਬਾਰ ਨਹੀਂ ਹੈਗਾ, ਮਗਰ ਮਹਿੰਗਾਈ ਇੰਨੀ ਕਰਤੀ ਗਈ ਹੈ। ਮੋਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮਹਿੰਗਾਈ ਘਟਾਉਣੀ ਚਾਹੀਦੀ ਹੈ, ਮਗਰ ਦੇਖੋ ਜੀ ਸਕੂਲ ਦੀਆਂ ਕਿਤੇ ਜਿਵੇਂ ਫੀਸਾਂ ਨਹੀਂ ਕਿਤੇ ਮਾਫ਼ ਕਰਤੀਆਂ, 3 ਮਹੀਨੇ ਹੋ ਗਏ ਮਾਫ਼ ਕਰਤੀਆਂ, ਬਿਜਲੀ ਦਾ ਬਿੱਲ ਮਾਫ਼ ਕਰਤਾ, ਠੀਕ ਹੈ, ਹਰ ਚੀਜ਼ ਦੀ ਮਹਿੰਗਾਈ ਹੋ ਗਈ ਹੈ, ਕਿੱਥੇ ਮਾਫ਼ ਕੀਤਾ ਗਿਆ? ਡੀਸੀ ਸਾਹਿਬ ਕਹਿੰਦੇ ਆ ਕਿ ਆਪ ਤੁਹਾਡੇ ਬਿੱਲ ਮਾਫ਼ ਹੈਗੇ ਆ, ਕੋਈ ਬਿੱਲ ਮਾਫ਼ ਹੋਇਆ ਕਦੋਂ? ਮਹਿੰਗਾਈ ਕੱਢੀ ਵਧੀ ਹੈ, ਇਹ ਕਰੋਨਾ ਨਹੀਂ ਤਾਂ ਹੋਰ ਕੀ ਚੀਜ਼ ਹੈ? ਮੈਂ ਬੇਨਤੀ ਕਰਨੀ ਚਾਹੁੰਦਾ, ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦੇ ਰੇਟ ਜਿਹੜੇ ਬੇਬਹਾਰ ਵਧਾਏ ਜਾ ਰਹੇ ਆ, ਲਾਕਡਾਊਨ ਦੇ ਵਿੱਚ ਹੀ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਮਾਫ਼ੀ ਨਹੀਂ ਦਿੱਤੀ ਜਾਂਦੀ। ਅੱਜ ਮੇਰੇ ਕੋਲ ਕਿਰਾਏਦਾਰ ਆਇਆ ਸੀ ਜਿਹਨੇ ਦੁਕਾਨ ਕਿਰਾਏ 'ਤੇ ਲਈ ਪਿਛਲੇ 6 ਮਹੀਨਿਆਂ ਤੋਂ, 2 ਮਹੀਨੇ ਦੁਕਾਨ ਚਲਾਈ ਆ, ਲਾਕਡਾਊਨ ਕਰਕੇ ਜਿਹੜਾ ਉਹ 4 ਮਹੀਨੇ ਦਾ ਕੰਮ ਨਹੀਂ ਚੱਲਿਆ, ਉਹਦਾ ਜਿਹੜਾ ਐਡਵਾਂਸ ਸੀਗਾ ਉਹ ਪੈਸਾ ਮਾਰਿਆ ਗਿਆ, ਉਹ ਗਰੀਬ ਬੰਦਾ ਰੋਟੀ ਰੋਜੀ ਤੋਂ ਆਤਰ ਹੋ ਗਿਆ, ਕਿਉਂਕਿ ਜਿਹੜਾ ਲਾਕਡਾਊਨ ਆ ਕਰਫਿਊ ਆ ਇੱਕਦਮ ਫੌਰੀ ਤੌਰ 'ਤੇ ਲਾਇਆ ਗਿਆ, ਲੋਕਾਂ ਨੂੰ ਸੁਚੇਤ ਨਹੀਂ ਕੀਤਾ ਗਿਆ, ਕਿਉਂਕਿ ਸਾਰੇ ਜਾਣਦੇ ਆ ਲੋਕਾਂ ਦੀ ਸਹਾਇਤਾ ਨਹੀਂ ਕੀਤੀ ਜਾਂਦੀ। ਜੇ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ, ਮਜ਼ਦੂਰਾਂ ਦੀ ਸਹਾਇਤਾ ਕੀਤੀ ਜਾਂਦੀ, ਜਿਹੜੇ ਲੋਕ ਯੂਪੀ ਬਿਹਾਰ ਅਤੇ ਦੂਜੇ ਸੂਬਿਆਂ ਦੇ ਇੱਥੇ ਮਜ਼ਦੂਰ ਆਏ ਆ, ਧੱਕੇ ਖਾਂਦੇ ਮੁੜ ਕੇ ਗਏ ਆ, ਰੋਂਦੇ ਕਰਲਾਉਂਦੇ ਕਈ ਲੋਕ ਰਾਹ 'ਚ ਜਾ ਕੇ ਜਾਂਦੇ ਜਾਂਦੇ ਪੈਦਲ ਤੁਰ ਕੇ ਮਰ ਗਏ ਆ, ਲੇਕਿਨ ਸਰਕਾਰ ਨੇ ਪੈਦਲ ਤੁਰਿਆ ਜਾਂਦਿਆਂ ਨੂੰ ਪੁਲਿਸ ਨੇ ਡੰਡੇ ਮਾਰੇ ਆ, ਕੋਈ ਇਹ ਲੋਕਾਂ ਨੂੰ ਰਾਹਤ ਨਹੀਂ। ਡਾਕਟਰ ਰਾਜ ਕੁਮਾਰ ਜਾਂ ਕੈਪਟਨ ਕਹਿ ਰਿਹਾ ਕਿ ਆਪਾਂ ਮਜ਼ਦੂਰਾਂ ਨੂੰ ਨਹੀਂ ਜਾਣ ਦੇਣਾ, ਮਗਰ ਜਿਹੜਾ ਮਜ਼ਦੂਰਾਂ ਨੂੰ ਕੋਈ ਖਾਣ ਵੀ ਨਹੀਂ ਮਿਲਿਆ, ਕੋਈ ਜੇ ਕੋਈ ਲੋਕਡਾਊਨ ਆਇਆ ਤਾਂ ਬੰਦ ਬੈਠੇ ਦੇ ਸਰ, ਜਿਉਂ ਮਾਲਕਾਂ ਨੇ ਉਹਨਾਂ ਨੂੰ ਪੈਸੇ ਤੱਕ ਨਹੀਂ ਦਿੱਤੇ, ਉਹ ਕੀ ਕਰਦੇ ਜੇ ਉਹਨਾਂ ਨੂੰ ਖਾਣ ਪੀਣ ਨਹੀਂ ਮਿਲਿਆ? ਕੈਪਟਨ ਸਰਕਾਰ ਕਹਿ ਰਹੀ ਹੈ ਆਪਾਂ ਕੀਤਾ ਜਗ੍ਹਾ ਜਗ੍ਹਾ ਪਹੁੰਚਾ ਰਹੇ ਹਾਂ, ਫਿਰ ਮਜ਼ਦੂਰ ਜਾਣਾ ਚਾਹੁੰਦੇ ਸੀ ਉਹ ਕਿਉਂਗੇ? ਠੀਕ ਹੈ, ਉਹ ਰੋਕ ਵੀ ਸਕਦੇ ਸੀ, ਮਗਰ ਜੇ ਉਹਨਾਂ ਨੂੰ ਖਾਣ ਨਹੀਂ ਮਿਲਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਦਾ ਕੀ ਗੱਲ ਹੈ, ਠੇਕੇ ਖੋਲ੍ਹਦੇ ਆ 10 ਤੋਂ ਲੈ ਕੇ 9 ਵਜੇ ਤੱਕ, ਸਾਰੀ ਦੁਕਾਨਾਂ ਬੰਦ ਕਰ ਦੇਣਗੀਆਂ, ਸਿਰਫ ਠੇਕੇ ਖੁੱਲ੍ਹੇ ਰਹਿਣਗੇ, ਕੀ ਕਰੋਨਾ ਨਹੀਂ ਹੁਣ ਫੈਲੇਗਾ? ਦੇਖੋ ਕਰੋਨਾ ਜਿਹੜਾ ਵਾਇਰਸ ਆ ਬਹੁਤ ਭਿਆਨਕ ਬਿਮਾਰੀ ਆ, ਇਹਦਾ ਇੱਕ ਬਚਾਅ ਜਿਹੜਾ ਆ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਆ। ਕੈਪਟਨ ਨੇ ਕਸਮ ਹੀ ਖਾਧੀ ਮੈਂ ਨਸ਼ਾ ਘਟਾਵਾਂਗਾ, ਨਸ਼ਾ ਘਟਿਆ ਵਧਿਆ? ਕੈਪਟਨ ਕੈਪਟਨ ਦੇ ਰਾਜ ਪ੍ਰਬੰਧ ਵਿੱਚ ਨਸ਼ਾ ਇਸ ਕਰਕੇ ਸ਼ਰਾਬ ਦਾ ਖਾਸ ਕਰਕੇ ਵੱਧਦਾ ਜਾ ਰਿਹਾ, ਕਿਉਂਕਿ ਦੇਸੀ ਠੇਕਿਆਂ ਦੀ ਸ਼ਰਾਬ ਬੜੀ ਮਹਿੰਗੀ ਕੀਤੀ ਜਾ ਰਹੀ ਹੈ। ਕਿੰਨੀ ਕੁ ਪੈਸਿਆਂ ਦੀ ਭੁੱਖਰ ਪੈ ਗਈ ਜਿਹੜੀ ਉਹਨਾਂ ਨੂੰ ਦੇਖੋ ਜੀ ਕਿੱਟਾਂ ਮੰਨ ਕੇ ਪੈਸਿਆਂ ਦੀ ਲੋੜ ਪੈ ਗਈ ਤੇ ਠੇਕੇ ਖੋਲੇ ਗਏ। ਇਹ ਜਿਹੜੇ ਕੈਪਟਨ ਸਰਕਾਰ ਦੀ ਨੀਤੀ ਆ ਇਹ ਬਿਲਕੁਲ ਗਲਤ ਆ, ਜੇ ਲੋਕਾਂ ਨੂੰ ਸਸਤੀ ਸ਼ਰਾਬ ਦਿੱਤੀ ਜਾਵੇ ਤੇ ਜਿਹੜੀ ਨਜਾਇਜ਼ ਸ਼ਰਾਬ ਵਿਕਦੀ ਆ ਉਹ ਨਹੀਂ ਵਿਕੇਗੀ, ਚੰਗੀ ਸ਼ਰਾਬ ਲੋਕਾਂ ਨੂੰ ਪੀਣ ਨੂੰ ਮਿਲੇ। ਅੱਜ ਸਰਕਾਰ ਨੂੰ ਕੀ ਮੈਸੇਜ ਦੇਣ ਜਾਂਦੇ ਹੋ, ਪਬਲਿਕ ਨੂੰ ਕੀ ਮੈਸੇਜ ਦਿਓਗੇ? ਪਾਰਟੀ ਤੌਰ ਤੇ ਨਸ਼ਿਆਂ ਦੇ ਖਿਲਾਫ ਆ, ਪਰ ਜਿਹੜੇ ਲੋਕ ਪੀਂਦੇ ਨੇ ਸ਼ਰਾਬ ਵਗੈਰਾ ਉਹਨਾਂ ਦੀ ਸੁਵਿਧਾ ਵਾਸਤੇ ਅਸੀਂ ਕਹਿੰਦੇ ਹਾਂ ਵੀ ਜੇ ਸਰਕਾਰ ਕੈਪਟਨ ਸਰਕਾਰ ਜਿਹੜੀ ਆ ਉਹ ਸਸਤੀ ਸ਼ਰਾਬ ਵਿੱਚ ਉਹਨਾਂ ਨੂੰ ਮਾਲੀਆ ਵੀ ਜ਼ਿਆਦਾ ਆਏਗਾ ਅਤੇ ਲੋਕਾਂ ਦਾ ਬਚਾਅ ਹੋਏ। ਸਰ ਹੁਣ ਦੇ ਟਾਈਮ ਪਬਲਿਕ ਨੂੰ ਕੀ ਮੈਸੇਜ ਦਿਓਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਆਓ ਸਾਰੇ ਇਕੱਠੇ ਹੋ ਕੇ
केंद्र सरकार दियां पंजाब सरकार दियां गलत नीतियां के खिलाफ जिहड़ियां नीतियां करके जिहड़ा रुजगार वाले दा रुजगार फस गया, व्यापारियों नूं नुकसान हो रहा, मजदूर भुखे मर रहे आ। जो सारे लोग एकजुट हो केंद्र ते पंजाब सरकार दियां नीतियां नूं दे खिलाफ चलणगे, आउण वाला समा फिर मजदूरां दा होवेगा। सरदार जी तुम आए हो जिमें सी डिवीजन थाने को खलोते हो कि अज मोदी का पुतला सा रहे हो, ठीक है, महंगाई करके तुम अब पुतला सा रहे हो, उदो कदों बैठे जो लॉकडाउन आया जी जो उदो क्यों नहीं उठे जो महंगाई बढ़ी, अज भी पुतला सा रहे हो, ये बारे की कहना चाहते हो? लाल झंडे वाले आर एम टी आई साढ़िया जथेबंदियां जो लॉकडाउन बोलो उस समय तो ही लोगों के नाल खड़े लगातार सरकार ने की सरकार बिल्कुल लोगों की मदद नहीं आई, जो लोगों को मदद मिली आ स्वय सेवी जथेबंदियां श्रोमणी कमेटी लोगों ने अपने तौर पर लोगों को सरकार ने सू कि सहूलतें दिखाई सरकार के टीवी अखबारों में कह रही है कि मैं जगह जगह किटा भेज रही समान भेज रही हूँ, की तुम सहूलत मिली है तो किसान को की मिले किसान क्यों पैसा मर रहा है? सरकार वालों कोई सहूलत लोगों तक नहीं पहुंची, जे कुछ आई है तो उन्होंने अपने लोगों से आई है, लोगों लोड़वंद लोगों तक नहीं पहुंची। इस तो बाद मैं निकी जी गल सवाल करा जिमें पब्लिक हैगी है जिमें पब्लिक तीन महीने घर बिठाया गया, 3 महीने 10 महीने ठीक है, जी 15 दिन हो गए दुकाना खोल दी, 10 तो लैके 5 बजे तक दुकाना खोल दी, ठीक है, 10 तो लैके 9 बजे तक खोले गए, कई लोग मजदूर जो गया जो दुकाना ले गया करियाने वाले कुछ भी डालो, पर ठेके खोलने चाहिए, हम कोरोना नहीं फैलेगा, और बारे की कहना चाहते हो? राशन नहीं मिलिया, 250-300 औरतां बंदे सी सड़क के उत्ते जाते, वो सदक असू ने बाकी फैजपुरा 100 तोड़ा जरा राशन का सर अपनी सेफ्टी क्यों नहीं की, मास्क क्यों नहीं पाया, हम पब्लिक कि नहीं है, सू परचा भी हो सकता है, हाँ जी अच्छा मेन मुद्दा यह कि पेट्रोल से डीजल महंगा होने टोटी महंगाई बढ़ती है, बसों का किराया बढ़ेगा, सब्जियां लाने किसान उन्होंने ढोआ ढोआई का किराया बढ़ेगा, तो रेलों के किराए बढ़ेंगे, सारे किराए बढ़े, तो किराए कालीदार बाहर दी अज डीजल और रेट पेट्रोल के रेट 80-82 रुपये तक बराबर तक पहुँचा दिते आ, जिहदा भार सारे लोगों के उत्ते पएगा, खाण वाली चीज़ा ढोआ ढुआई के उत्ते किसानों के उत्ते इसकी वड्डी मार पैण जा रही है, लोग कुरला रहे ने देश के अंदर, देश दियां सारियां पार्टियां वक्खो वक्ख तौर के उत्ते इसका विरोध कर रही ने, देश अंदर एक प्रोग्राम बन भी रहा, पूरे देश अंदर हड़ताल का एक सदा आ रहा, जिदे विच पूरे देश विच तेल दियां कीमतों के उत्ते एक दिन की हड़ताल की जाएगी, देश के वक्खो वक्ख कोने हड़ताल हो रही ने, आ 2 तरीक तो कोल माइन हड़ताल से जा रही है, कोल माइन वेच दौ, एयरपोर्ट वेच दौ, इस करोने की आड़ थले केंद्र की सरकार पब्लिक सैक्टर के सारे अदारों को बेचण जा रही है, तो कहना यह चाहते हाँ लोगों दुनिया सरकार के हित वेखने चाहिए है, ना कि लोगों का कचूबर क्ढना चाहिए, इसलिए बेनती करते हैं जिते जिते भी है वो उत्थे उत्थे इकट्ठे हो के आओ इन्हों नीतियां का डट के विरोध करिए, इंकलाब जिंदाबाद।
ਸਾਲ ਦੀਆਂ ਕੀਮਤਾਂ ਉਧਾਰ ਵਾਲੀਆਂ ਸਰਕਾਰਾਂ ਦਾ ਬੇੜਾ ਗਰਕ ਬੇੜਾ ਗਰਕ ਬੇੜਾ ਗਰਕ ਸਾਥੀਓ ਸਾਥੀ ਅਮਰੀਕ ਸਿੰਘ ਬਟਾਲਾ ਰੋਡ ਕਰਨਾ ਤੋਂ ਵਿੱਚ ਕੰਮ ਕਰ ਲਗੇ ਸਾਥੀ ਅਮਰੀਕ ਸਿੰਘ ਬਟਾਲਾ ਰੋਡ ਲੋ ਜੀ ਬੈਂਕੂਰ ਕਹਾ ਜਿੰਦਾਬਾਦ 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 ਕੇਂਦਰ ਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਗੰਦੀ ਸਰਕਾਰ ਮੁਰਦਾਬਾਦ 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 ਸਾਥੀਓ ਨਾਮ ਦਾ ਫੋਰਮ ਬਣਾਇਆ ਗਲਤੀ ਹੋ ਗਈ ਥੋੜ੍ਹਾ ਸਪੀਕਰ ਲਾ ਲੈਣਾ ਚਾਹੀਦਾ ਸੀ ਜੇ ਇਹ ਕੰਮ ਕਰਨ ਤੋਂ ਪੈਣ ਤੋਂ ਸਾਥੀਆਂ ਨੇ ਵਿਚਾਰ ਜਿਹੜੇ ਰੱਖੇ ਨੇ ਆਪਾਂ ਵੀ ਦੋ ਮਿੰਟ ਲਾ ਲਾਂਗੇ ਲੋਕਡਾਊਨ ਚੱਲਿਆ ਸਾਡੇ ਸਾਹਮਣੇ ਡੇਢ ਮਹੀਨਾ ਦੋ ਮਹੀਨੇ ਸਾਡੇ ਸਾਹਮਣੇ ਅਜੇ ਤੱਕ ਲੋਕਡਾਊਨ ਲੋਕਡਾਊਨ ਤਾਂ ਕਰ ਦਿੱਤਾ ਪਰ ਮੋਦੀ ਸਰਕਾਰ ਨੇ ਲੋਕਡਾਊਨ ਕਰਨ ਤੋਂ ਬਾਅਦ ਇੱਕ ਲੋਕਾਂ ਨੂੰ ਝਾਂਸਾ ਦਿੱਤਾ ਸੀ ਕਿ ਮੈਂ ਹਿੰਦੁਸਤਾਨ ਦੇ ਵਿੱਚ 20,000 ਕਰੋੜ ਰੁਪਇਆ ਇੱਕ ਪੈਕੇਜ ਜਿਹੜਾ ਤੁਹਾਡੇ ਸਾਹਮਣੇ ਦੇ ਰਿਹਾ ਪਰ ਪੈਕੇਜ ਤੇ ਉਹਨੇ ਫਾਇਲ ਕਰਤਾ ਟਵੀਟਰ ਤੁਸੀਂ ਟੈਲੀਵਿਜ਼ਨ 'ਤੇ ਦੇਖ ਲਈਏ ਅੱਜ 2 ਮਹੀਨੇ ਡੇਢ ਹੋ ਗਏ ਨੇ ਮੇਰਾ ਨਹੀਂ ਕਿਹਾ ਪਤਾ ਮੈਂ ਕਿਸੇ ਨੂੰ ਪੈਸਾ ਕੋਈ ਮਿਲਿਆ ਕਿਸੇ ਕਾਰਖਾਨੇਦਾਰ ਨੂੰ ਮਿਲਿਆ ਹੋਵੇ ਕਿਸੇ ਮਜ਼ਦੂਰ ਨੂੰ ਮਿਲਿਆ ਹੋਵੇ ਕਿਸੇ ਰਸਤੇ ਵਾਲੇ ਨੂੰ ਮਿਲਿਆ ਹੋਵੇ ਕਿਸੇ ਦੁਕਾਨਦਾਰ ਨੂੰ ਮਿਲਿਆ ਹੋਵੇ ਕਿਸੇ ਦੀ ਕੋਈ ਮਦਦ ਕੀਤੀ ਜਾਵੇ ਕੋਈ ਨਹੀਂ ਹੋ ਰਿਹਾ ਮੌਕੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਇੰਨਾ ਝੂਠ ਬੋਲਣ ਡਿਆ ਸਾਨੂੰ ਸਮਝ ਲੈਣਾ ਚਾਹੀਦਾ ਮੇਰੀ ਅੱਜ ਵੀ 2-4 ਬੰਦਿਆਂ ਨਾਲ ਗੱਲ ਹੋਈ ਅਮਰੀਕ ਸਿੰਘ ਉਹਦੇ ਝੂਠ ਬੋਲਦਾ ਪਿਆ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਝੂਠ ਬੋਲਦਾ ਹੀ ਢਾ ਲਵਾਂਗੇ ਕਹਿੰਦਾ ਝੂਠ ਬੋਲੇਗਾ ਤੁਸੀਂ ਕਿਸ ਤਰ੍ਹਾਂ ਢਾਓਗੇ ਮੈਂ ਕਿਹਾ ਸਾਡੇ ਕੋਲ ਫਾਰਮੂਲਾ ਹੈਗਾ ਅਸੀਂ ਉਹ ਫਾਰਮੂਲਾ ਅੱਜ ਤੋਂ ਸ਼ੁਰੂ ਕੀਤਾ ਮੇਰੇ ਬਟਾਲਾ ਰੋਡ 'ਤੇ ਗਾ ਹੋਰ ਵੀ ਕਰਨਾ ਬਈ ਸਾਡੇ ਕੋਲ ਫਾਰਮੂਲਾ ਇਹ ਹੈ ਜੇ ਝੂਠ ਬੋਲੇਗਾ ਹਾਂ ਤਾਂ ਗਲੀ ਗਲੀ ਦੇ ਜਾ ਕੇ ਉਹਦਾ ਪੁਤਲਾ ਸਾੜਿਆ ਜਾਏਗਾ ਲੋਕਾਂ ਨੂੰ ਇਹ ਗੱਲ ਸੁਣਾਈ ਜਾਏਗੀ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹਰ ਗੱਲ 'ਤੇ ਝੂਠ ਬੋਲੀ ਜਾਣ ਡਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹਰ ਗੱਲ 'ਤੇ ਮੁਕਰੀ ਜਾਣ ਡਿਆ ਵੱਡੇ ਵੱਡੇ ਸਰਮਾਏਦਾਰ ਜਿਹੜੇ ਨੇ ਵੱਡੇ ਵੱਡੇ ਚੰਦਕਾਰ ਜਿਹੜੇ ਨੇ ਇਹਨਾਂ ਦੀ ਇਹ ਸੇਵਾ ਕਰਦਾ ਪਿਆ ਹਿੰਦੁਸਤਾਨ ਦੇ ਵਿੱਚ ਆਪਾਂ ਦੇਖੀਏ ਮਿਡਲ ਕਲਾਸ ਦੇ ਲੋਕ ਨੇ ਛੋਟੇ ਛੋਟੇ ਕਾਰਖਾਨੇ ਨੇ ਛੋਟੇ ਛੋਟੇ ਤਰ੍ਹਾਂ ਮਜ਼ਦੂਰ ਕੰਮ ਕਰਦੇ ਨੇ ਅੱਜ ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਹੈ ਪੈਸਾ ਕਿਸੇ ਦੇ ਕੋਲ ਕੋਈ ਨਹੀਂ ਜੇ ਵਰਕਰ ਤੋਂ ਪੈਸਾ ਕਿਸੇ ਮਾਲਕ ਛੋਟੇ ਕੋਲ ਮੰਗਿਆ ਜਾਂਦਾ ਹੈ ਉਹ ਕਹਿੰਦਾ ਮੇਰੇ ਕੋਲ ਪੈਸਾ ਕੋਈ ਨਹੀਂ ਮੈਂ ਇਹੀ ਗੱਲ 'ਤੇ ਅੱਜ ਗੱਲ ਕਰ ਲਿਆ ਵੀ ਤੁਸੀਂ ਕਹਿੰਦੇ ਪੈਸਾ ਕੋਈ ਨਹੀਂ ਵਰਕਰ ਮੰਗੇਗਾ ਤੁਹਾਡੇ ਕੋਲ ਮੰਗੋ ਸਰਕਾਰ ਕੋਲ ਜਿਹੜੇ ਦਾ 20,000 ਕਰੋੜ ਰੁਪਇਆ ਤੁਹਾਡੇ ਕੋਲ ਆਇਆ ਤੁਸੀਂ ਲੋਨ ਲਵੋ ਲੋਨ ਦੇ ਵਰਕਰਾਂ ਨੂੰ ਪੈਸੇ ਵੰਡੋ ਉਹਨਾਂ ਨੂੰ ਫਿਊਲਟੀ ਦਿਓ ਡੇਢ ਮਹੀਨਾ ਕਾਰੀਗਰਾਂ ਨੇ ਕਿਸੇ ਨੇ ਮੰਨ ਗਿਆ ਜੀ ਪੱਲੇ ਕੱਖ ਨਹੀਂ ਹੈਗਾ ਜਿਹੜਾ ਕਾਰਖਾਨੇਦਾਰ ਹੈ ਛੋਟਾ ਉਹ ਕਹਿੰਦਾ ਮੇਰੇ ਕੱਖ ਨਹੀਂ ਹੈਗਾ ਮੇਰੇ ਛੋਟਾ ਜਿਹਾ ਕੰਮ ਛੋਟੀ ਇੰਡਸਟਰੀ ਛੋਟੇ ਲੋਕ ਸਾਡੇ ਸਾਹਮਣੇ ਹੈ ਬੜਾ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੋਊਗਾ ਇਸ ਵਾਸਤੇ ਦੋਸਤੋ ਜਿਹੜੀ ਗੱਲ ਉਹਨਾਂ ਕਹੀ ਹੈ ਕਿ ਤੁਸੀਂ ਉਹ ਝੂਠ ਬੋਲਦਾ ਉਹਦਾ ਝੂਠ ਬੋਲਣ ਵਾਸਤੇ ਅੱਜ ਅਸੀਂ ਇਹਦੇ ਕੋਲ ਗਲਵਾਰੀ ਗੇਟ ਦੇ ਗਏ ਇਲਾਕਿਆਂ ਵਿੱਚ ਪ੍ਰੋਗਰਾਮ ਵੀ ਬਣਾਇਆ ਹੋਰ ਜਗ੍ਹਾ ਬਣਾ ਕੇ ਇਸੇ ਤਰ੍ਹਾਂ ਮੀਡੀਆ ਬੁਲਾਇਆ ਜਾਏਗਾ ਉੱਥੇ ਸਪੀਕਰ ਵੀ ਲਾਏ ਜਾਣਗੇ ਤਾਂ ਕਿ ਜਿਹੜੀ ਹੋਰ ਲੋਕ ਨੇ ਉਹਨਾਂ ਨੂੰ ਵੀ ਗੱਲ ਸਾਰੀ ਸੁਣੀ ਜਾਵੇ ਉਹ ਜਿਹੜਾ ਮੋਦੀ ਦਾ ਜਿਹੜਾ ਝੂਠ ਹੈ ਸਾਹਮਣੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ ਉਹਨੂੰ ਨੰਗਿਆ ਕੀਤਾ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਸਾਡਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਝੂਠ ਬੋਲਦਾ ਪਿਆ ਇਸ ਵਾਸਤੇ ਦੋਸਤੋ ਇੰਨੀ ਗੱਲਾਂ ਦਾ ਧੰਨਵਾਦ ਮੇਰੀ ਸਾਰਿਆਂ ਨੂੰ ਬੇਨਤੀ ਆ ਇਹਨਾਂ ਮੰਗਾਂ ਦੇ ਤਹਿਤ ਹੀ 8 ਜੁਲਾਈ ਨੂੰ ਕੰਪਨੀ ਬਾਗ ਟਾਂਚੀ ਦੇ ਲਾਗੇ ਪ੍ਰੋਗਰਾਮ ਆ 8 ਜੁਲਾਈ ਨੂੰ 11 ਵਜੇ ਦਾ ਟਾਈਮ ਹੈ 8 ਜੁਲਾਈ ਅੱਗ ਲਾਓ ਜੀ ਸਿੱਧਾ ਰੱਖੋ
मैडम